ਸਾਰੇ ਨਗਰ ਲਈ ਖੁਸ਼ੀ ਦਾ ਸਮਾਂ ਹੈ ਕਿ ਆਪਣਾ ਜਿਹੜਾ ਪਸ਼ੂ ਹਸਪਤਾਲ ਪਹਿਲਾਂ ਡਿਸਪੈਂਸਰੀ ਹੁੰਦੀ ਸੀ ਉਹਨੂੰ ਅਪਗ੍ਰੇਡ ਕਰਨ ਲਈ ਅੱਜ ਦਾ ਦਿਨ ਚੁਣਿਆ ਗਿਆ ਸੀ। ਪਹਿਲਾਂ 675 ਦੇ ਕਰੀਬ ਜਿਹਦੇ 'ਚ ਵੈਟਰਨਰੀ ਇੰਸਪੈਕਟਰ, ਫਾਰਮਾਸਿਸਟ, ਉਹਦੇ ਨਾਲ ਹੋਰ ਸੰਬੰਧਿਤ ਇੰਸਪੈਕਟਰ ਭਰਤੀ ਕੀਤੇ ਹੈ ਔਰ ਹੋਰ ਵੀ ਕਰਾਂਗੇ। ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਖੇਤੀ ਨਿਯੰਤਰਣ ਨੂੰ ਲੈ ਕੇ, ਜਿਹੜੇ ਕਿਸਾਨ ਜਿਹੜਾ ਪਸ਼ੂ ਪਾਲਣ ਧੰਦੇ ਨਾਲ ਜੁੜਨ, ਕੋਈ ਇਸ ਤਰ੍ਹਾਂ ਦੀ ਸਕੀਮ ਲੈ ਕੇ ਆਏ ਜਿਹੜੀ ਕਿਸਾਨਾਂ ਨੂੰ ਲਾਭਬੰਦ ਹੋਵੇ? ਦੇਖੋ, ਅਸੀਂ ਮੈਂ ਤਾਂ ਜਿਹੜੇ ਦਿਨ ਦਾ ਮੰਤਰੀ ਬਣਿਆ ਉਸੇ ਦਿਨ ਦਾ ਹੀ ਇਹ ਮੌਕਾ ਦੱਬ ਕੇ ਦੇ ਰਹੇ ਹਾਂ ਵੀ ਸਾਡੇ ਜਿਹੜੇ ਨੌਜਵਾਨ ਇਸ ਪਾਸੇ ਆਉਣ, ਟ੍ਰੇਨਿੰਗ ਦੇ ਰਹੇ ਹਾਂ, ਥੋੜ੍ਹਾ ਲੋਨ ਵੀ ਮਿਲ ਰਿਹਾ ਜਿਹਦੇ ਨਾਲ ਅਸੀਂ ਕਾਰੋਬਾਰ ਨੂੰ ਸ਼ੁਰੂ ਕਰੀਏ ਔਰ ਚੰਗਾ ਲਾਹੇਵੰਦ ਧੰਦਾ ਖੇਤੀ ਦੇ ਨਾਲ ਜੁੜਿਆ। ਕਿਸਾਨੀ ਫਸਲਾਂ ਨੂੰ ਲੈ ਕੇ ਜਿਹੜਾ ਹੈਗਾ ਮੱਛਰ ਨੂੰ ਲੈ ਕੇ ਜਿਹੜਾ ਖੇਤੀਬਾੜੀ ਵਿਭਾਗ ਛਾਪੇਮਾਰੀ ਕਰ ਰਿਹਾ ਹੈਗਾ, ਇਹਨਾਂ ਦੀ ਦਵਾਈਆਂ ਵੀ ਮਿਲੀਆਂ ਹੈਗੀਆਂ, ਕਈ ਕੰਪਨੀਆਂ ਦੇ ਉੱਤੇ ਮਾਮਲੇ ਵੀ ਦਰਜ ਕੀਤੇ ਗਏ, ਕਿੰਨੀਆਂ ਕੰਪਨੀਆਂ ਕਿਹੜੀਆਂ ਕਿਹੜੀਆਂ? ਦੇਖੋ, ਜਿਹੜਾ ਇਸ 'ਤੇ ਹਮੇਸ਼ਾ ਸਾਡੀ ਅੱਖ ਰਹੀ ਹੈ, ਪਿਛਲੀ ਵਾਰ ਵੀ ਕਾਫੀ ਲਾਇਸੈਂਸ ਵੀ ਕੈਂਸਲ ਕੀਤੇ ਔਰ ਪਰਚੇ ਵੀ ਦਰਜ ਕੀਤੇ, ਅੱਜ ਵੀ ਇਸ 'ਤੇ ਜਿਹੜੀ ਸਾਡਾ ਮਹਿਕਮਾ ਖੇਤੀਬਾੜੀ ਚੱਲ ਰਿਹਾ ਔਰ ਮੈਂ ਕਈ ਪਿੰਡਾਂ 'ਚ ਫਾਜ਼ਿਲਕਾ ਜ਼ਿਲ੍ਹੇ 'ਚ ਵੀ ਆਪਣੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵੀ ਦੇਖ ਕੇ ਵੀ ਆਇਆ ਨਰਮੇ ਦੀ ਫਸਲ। ਉੱਥੇ ਜੇ ਚਿੱਟੀ ਮੱਖੀ ਦਾ, ਜਿਹਨੂੰ ਵਾਈਟ ਫਲਾਈ ਕਹਿ ਦਿੰਦੇ ਹਾਂ, ਉਹਦਾ ਹਮਲਾ ਸੀ ਤਾਂ ਉਹਨੂੰ ਰੋਕਣ ਲਈ ਸਾਡੇ ਜਿਹੜੇ ਮਹਿਕਮੇ ਦੇ ਅਫਸਰ ਸਾਹਿਬਾਨ, ਸਾਡੇ ਮੁਲਾਜ਼ਮ ਪਿੰਡਾਂ ਵਿੱਚ ਗਏ ਆ, ਲੋਕਾਂ ਨੇ ਉਹਨਾਂ ਤੋਂ ਬਹੁਤ ਵੱਡੀ ਰਾਹਤ ਲਈ। ਪਿਛਲੇ ਦਿਨ ਦੋਦਾ ਦੇ ਵਿੱਚ ਵੀ ਜਿਹੜੀ ਨਕਲੀਆਂ ਦਵਾਈਆਂ ਦੇ ਸੈਂਪਲ ਭਰੇ ਗਏ ਸੀਗੇ, ਉਸ 'ਤੇ ਕੀ ਕਾਰਵਾਈ ਕੀਤੀ ਗਈ ਹੈ? ਉਹਦੇ ਜੋ ਬਣਦੀ ਕਾਰਵਾਈ ਸਾਰੇ ਥਾਂ, ਕਿਸੇ ਨੂੰ ਬਖਸ਼ਿਆ ਕਿਸੇ ਥਾਂ ਵੀ ਨਹੀਂ ਜਾਊਗਾ। ਕੱਲ੍ਹ ਹੀ ਬਠਿੰਡੇ ਹਰਿਆਣੇ 'ਚ ਆਉਂਦੀ ਸੀ, ਉਹ ਇੱਕ ਕੈਂਟਰ ਫੜਿਆ ਗਿਆ ਜਿੱਥੇ ਵੀ ਪਤਾ ਲੱਗਦਾ, ਕਿਉਂਕਿ ਲੋਕ ਨਾਲ ਇਤਲਾਹ ਦਿੰਦੇ ਰਹਿਣ। ਮੈਂ ਆਪਣੇ ਵੱਲੋਂ ਕਦੇ ਕੋਈ ਕਸਰ ਨਹੀਂ ਛੱਡਦਾ, ਨਾਲ ਦੀ ਨਾਲ ਪੁਲਿਸ ਨੂੰ, ਨਾਲ ਦੀ ਨਾਲ ਆਪਣੇ ਮਹਿਕਮੇ ਨੂੰ। ਪਰ ਪਤਾ ਲੱਗਿਆ ਹੈਗਾ ਵੀ ਉਸਨੂੰ ਕਾਂ ਦੋਦੇ ਵਾਲੇ ਮਾਮਲੇ ਨੂੰ ਠੱਪ ਦਿੱਤਾ ਗਿਆ? ਠੱਪ ਨਹੀਂ ਕਰ ਸਕਦਾ ਕੋਈ, ਮੇਰੇ ਹੁੰਦਾ ਕੋਈ ਉਸਨੂੰ ਜੇ ਉਹਦੇ 'ਚ ਗੁਨਾਹ ਪਾਇਆ ਗਿਆ ਤਾਂ ਠੱਪ ਨਹੀਂ ਕਰੋ। ਲਖਮੀਰਖੀਰੀ ਦੇ ਵਿੱਚ ਇਹਦੇ ਇੱਕ ਵਾਰ ਫਿਰ ਜਿਹੜਾ ਮਾਮਲਾ ਪਕਿਆ ਗਿਆ ਤਾਂ ਪੰਜਾਬ ਦੇ ਕਿਸਾਨਾਂ ਨੂੰ ਅੱਤਵਾਦੀ ਉੱਥੋਂ ਦੀ ਪੁੱਛ ਨਹੀਂ ਕਰਦੇ? ਵੇਖੋ ਜੀ, ਹਮੇਸ਼ਾ ਸਾਡੇ ਨਾਲ ਪੰਜਾਬ ਦੇ ਲੋਕਾਂ ਨਾਲ ਤਾਂ ਧੱਕਾ, ਸਾਡੇ ਤਾਂ ਨਾਂ ਵੀ ਹੋਰ ਤਰ੍ਹਾਂ ਦੇ ਰੱਖ ਲਏ ਜਾਂਦੇ ਆ ਕਿ ਅਸੀਂ ਇੱਕ ਹਿੰਦੁਸਤਾਨ ਦਾ ਵੱਡਾ ਹਿੱਸਾ ਹੈ, ਜਿਹੜੇ ਦੇਸ਼ ਭਗਤ ਆ ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਇਆ, ਦੇਸ਼ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਵੀ ਸ਼ਹੀਦੀਆਂ ਸਾਡੇ ਨੌਜਵਾਨ ਦੇ ਰਹੇ ਆ। ਅਤੇ ਜਿਹੜੀ ਵੀ ਕਿਸੇ ਨੇ ਖਬਰ ਬਹੁਤ ਮੰਦਭਾਗੀ ਹੈ, ਸਾਡੇ ਲਈ ਜ਼ਖਮਾਂ 'ਤੇ ਲੂਣ ਛਿੜਕਣ ਵਾਲੀਆਂ ਗੱਲਾਂ ਉਹ ਲੋਕ ਕਰਦੇ ਆ, ਹਾਲਾਂਕਿ ਪੰਜਾਬ ਜਿੰਨੀ ਦੇਸ਼ ਭਗਤੀ ਸ਼ਾਇਦ ਕਿਸੇ ਕੋਲ ਵੀ ਨਾ। MSP ਦੇ ਮੁੱਦੇ ਨੂੰ ਲੈ ਕੇ ਜਿਹੜੀ ਰਾਜਨੀਤੀ ਖੇਡੀ ਜਾ ਰਹੀ ਹੈਗੀ ਆ, ਮਨਮੀਤ ਬਿੱਟੂ ਨੇ ਬਿਆਨ ਦਾ ਕਿਹਾ ਹੈਗਾ ਵੀ ਜਿਹੜਾ ਹੈਗਾ ਇਸ ਦੇ ਉੱਤੇ ਜੇਕਰ ਪੰਜਾਬ ਸਰਕਾਰ ਉੱਥੇ ਜਾ ਹੀ ਨਹੀਂ ਰਹੀ ਗਈ ਤਾਂ ਉੱਥੇ ਪੈਕੇਜ ਦੀ ਮੰਗ ਕਰਦੇ। ਕਿੱਥੇ ਨਹੀਂ ਜਾ ਰਹੀ? ਦਿੱਲੀ ਕਹਿੰਦੇ ਜਾ ਹੀ ਨਹੀਂ ਰਹੇਗੇ ਅਤੇ ਜਦ ਤੋਂ ਉੱਥੋਂ ਕੇਂਦਰ ਸਰਕਾਰ ਤੋਂ ਪੈਕੇਜ। ਮੈਂ ਤਾਂ ਹੁਣੇ ਪਰਸੋਂ ਚੌਥੇ ਜਾ ਕੇ ਆਇਆ, ਬਿੱਟੂ ਹੋਰਾਂ ਨੂੰ ਮਿਲਿਆ ਸੀ, ਖੇਤੀਬਾੜੀ ਮੰਤਰੀ ਨੂੰ ਮਿਲਿਆ, ਫੂਡ ਪ੍ਰੋਸੈਸਿੰਗ ਮੰਤਰੀ ਨੂੰ ਮਿਲਿਆ ਸੀ ਔਰ ਉਹਨਾਂ ਨੇ ਭਰੋਸਾ ਵੀ ਦਿੱਤਾ ਸੀ ਜ਼ਰੂਰ ਅਸੀਂ ਇਸ ਲਈ ਕੁਛ ਨਾ ਕੁਛ ਆਪਦੇ ਵੱਲੋਂ ਹੱਥ ਵਟਾਵਾਂਗੇ, ਪਰ ਇਸ ਬਜਟ ਵਿੱਚ ਉਹਨਾਂ ਨੇ ਸਾਡਾ ਕੋਈ ਹਿੱਸਾ ਨਹੀਂ ਰੱਖਿਆ। ਥੈਂਕ ਯੂ ਸਰ।